वालेकुम अस्सलाम। मेरा नाम है जी मोहम्मद इरफान। शोरूम है साडा दी नेशनल जरई इंडस्ट्री। थ्रैशर माशाल्लाह जी 440 साढ़े 4 फुट थ्रैशर है। ਇਹਦਾ ਕੋਈ ਟੋਇਆ ਕੱਢਣ ਦੀ 400 ਚੱਲਦਾ, ਇਹ ਮਤਲਬ ਹੈ ਕਿ ਤੁਹਾਨੂੰ ਟੋਏ ਪੱਟਣ ਦੀ ਲੋੜ ਨਹੀਂ ਟਾਇਰਾਂ ਦੀ। ਇਹਨੂੰ ਟਰੈਕਟਰ ਦੇ ਪਿੱਛੇ ਜਿੱਥੇ ਮਰਜ਼ੀ ਪੱਧਰੇ ਤੇ ਖੜੀ ਕਰਕੇ ਇਸ ਤਰ੍ਹਾਂ ਸੜਕ ਤੇ ਖੜੀ ਕਰਕੇ ਤੁਸੀਂ ਇਹਨੂੰ ਚਲਾ ਸਕਦੇ ਹੋ। ਇਹ 'ਚ ਕੋਈ ਵਾਈਬ੍ਰੇਸ਼ਨ ਨਹੀਂ, ਕੋਈ ਥਰਥਰਾਹਟ ਨਹੀਂ ਹੈ। ਇਹਦਾ ਵੇਟ ਬਿਲਕੁਲ 0-0 ਵੇਟ ਨੇ, ਠੀਕ ਹੈ, ਯਾਨੀ ਕਿ ਥਰਥਰਾਹਟ ਨਹੀਂ ਆਏਗੀ, ਠੀਕ ਹੈ। ਇਹਦਾ ਨਿਬੇੜਾ, ਇਹਦਾ ਗਾਲਾ, ਹਰ ਤਰ੍ਹਾਂ ਦੀ ਖਿਚਾਈ ਬਿਹਤਰੀਨ ਹੈ। टायर ये माशाल्लाह जेनुइन कंपनी के ने, पैंथर के टायर नहीं, ठीक है, और अच्छी क्वालिटी की थ्रैशर है जी, ठीक है। कटर के 100 कटर जी, ये 4.5 फुट थ्रैशर है जी। मुनासिब फीएट पा लो, मैसी पा लो, 75 पा लो, 240 पा लो, कोई रौला नहीं। दूसरी साइड पिछली साइड तो दिखा दो वेट वगैरह। साफ सुथरा दाना कढेगी, ठीक है। जिहड़ी ममणी वगैरह जिहड़ा यानी कि जो भी इहदा गंद मंद सारा थले जाएगा, दाना खराब नहीं करेगी, टुकड़ा नहीं करेगी दाने का, साफ करेगी। सारे की 4,80,000 की दे रहे हैं कंपनी का करके, ठीक है। कहता डीलिंग के हिसाब से अगर गाहक वगैरह कोई आता है तो उन्हें कोई प्यार मुहब्बत भी कर लेता है। अंदाजन को 10-20,000 थले उत्ते हो जाता है। लोकेशन है जी समुद्री रोड फैसलाबाद जी। नंबर 0300-2795-115 जी। असी आ थ्रैशर के नाल नाल रूटावेटर भी तैयार करते हैं। ਤੇ ਜ਼ਿਮੀਦਾਰਾਂ ਦੇ ਹਾਲਾਤ ਦੀ ਨਿਸਬਤ ਦੇ ਨਾਲ ਅਸੀਂ ਉਹਦੇ ਨਾਲ ਖਾਸੀ ਰਾਇਤ ਕਰਦੇ ਹਾਂ ਤੇ ਲੋਕਾਂ ਦੀ ਨਿਸਬਤ ਸਾਡਾ ਮਟੀਰੀਅਲ ਅੱਛੀ ਕੁਆਲਿਟੀ ਦਾ ਭਾਰਾ ਮਟੀਰੀਅਲ ਲਾ ਕੇ ਦੇਈਦਾ ਔਰ ਅਸੀਂ ਡਬਲ ਬੈਰਿੰਗ ਪਾ ਕੇ ਦਿੰਦੇ ਹਾਂ। ਸਹੀ, ਲੋਕ ਸਿੰਗਲ ਬੈਰਿੰਗ ਪਾ ਕੇ ਦਿੰਦੇ ਨੇ ਲੇਕਿਨ ਅਸੀਂ ਡਬਲ ਬੈਰਿੰਗ ਪਾ ਕੇ ਦਿੰਦੇ ਹਾਂ, ਡਬਲ ਸੀਲ ਡਬਲ ਬੈਰਿੰਗ। ਉਸ ਤੋਂ ਬਾਅਦ ਇਹ ਹੈਗਾ ਜੀ 42 ਫਾਲਾ ਰੋਟਾਵੇਟਰ ਹੈ ਤੇ ਇਹਦੀ ਕੀਮਤ ਹੈ 1.5 ਲੱਖ ਰੁਪਇਆ, ਠੀਕ ਹੈ। 48 ਫਾਲਾ ਵੀ ਅਸੀਂ ਤਿਆਰ ਕਰਨੇ ਆ, ਯਾਨੀ ਕਿ ਹਰ ਕਿਸਮ ਦਾ ਰੂਟਾ ਤਿਆਰ ਕਰਦੇ, ਬਾਗ ਵਾਲਾ ਰੂਟਾ ਤੇ ਵੀ ਜਿਸ ਤਰ੍ਹਾਂ ਉਹ ਫਾਲੇ ਵਧਦੇ ਨੇ ਉਸ ਤਰ੍ਹਾਂ ਦੀ ਕੀਮਤ ਵਧਦੀ ਹੈ। 48 ਫਾਲਾ ਜਿਹੜਾ ਹੈ ਉਹ ਵੀ 10,000 ਰੁਪਇਆ, ਯਾਨੀ ਸਾਈਜ਼ ਦੇ ਨਾਲ ਜ਼ਿਆਦਾ। ਬਾਕੀ ਮੌਕੇ ਤੇ ਕਮੀ ਬੇਸ਼ੀ ਕਰੋ, ਮੌਕੇ ਤੇ ਆ ਕੇ ਉਹ ਕਮੀ ਬੇਸ਼ੀ ਹੋ ਸਕਦੀ ਹੈ। ਕੋਲਾ ਕ੍ਰੈਸ਼ਰ ਤਿਆਰ ਕਰਦੇ ਆ, ਠੀਕ ਹੈ। ਉਸ ਤੋਂ ਬਾਅਦ ਰੈਪਰ ਵਗੈਰਾ ਨਹੀਂ, ਰੈਪਰ ਨਹੀਂ ਅਸੀਂ ਤਿਆਰ ਕਰਦੇ। ਇਸ ਤੋਂ ਬਾਅਦ ਅਸੀਂ ਕਰਦੇ ਆ ਕੋਲਾ ਕ੍ਰੈਸ਼ਰ ਤੋਂ ਬਾਅਦ ਇੱਕ ਮਸ਼ੀਨ ਹੈ ਸੈਲੇਜ ਵਾਲੀ, ਉਹ ਵੀ ਤਿਆਰ ਕਰਦੇ ਆ, ਲੇਕਿਨ ਉਹ ਅਵੇਲੇਬਲ ਨਹੀਂ ਹੈ ਇਸ ਟਾਈਮ। ਉਹ ਸਰ ਰਿਪੇਅਰ ਕਰਨ ਵਾਸਤੇ, ਹਾਂਜੀ ਸਰ ਜੀ, ਯਾਰ ਰਿਪੇਅਰਿੰਗ ਵਾਸਤੇ ਆਈ ਹੈ ਥ੍ਰੈਸ਼ਰ, ਠੀਕ ਹੈ। ਇਹਦੀਆਂ ਅਸੀਂ ਜਿੰਨੀਆਂ ਵੀ ਚੀਜ਼ਾਂ ਲੱਗਦੀਆਂ ਦੀ ਪੁਲੀਆਂ ਵਗੈਰਾ ਜੋ ਵੀ ਬੈਰਿੰਗ ਬ੍ਰੈਕਟ ਹੈ ਅਸੀਂ ਖੁਦ ਤਿਆਰ ਕਰਦੇ ਹਾਂ ਇੱਥੇ, ਠੀਕ ਹੈ। ਮੁਕੰਮਲ ਤਿਆਰ ਕਰਦੇ ਹਾਂ ਅਸੀਂ ਜੀ ਇੱਥੇ। ਉਹਦੇ ਵਿੱਚ ਇਹ ਹੈ ਕਿ ਅਗਰ ਬਾਹਰੋਂ ਅਸੀਂ ਖਰੀਦੋ ਫਰੋਖਤ ਕਰਦੇ ਹਾਂ ਤਾਂ ਮਹਿੰਗੀ ਪੈਂਦੀ ਹੈ, ਠੀਕ ਹੈ, ਫਿਰ ਗਾਹਕ ਪੈਸੇ ਨਹੀਂ ਭਰਦਾ। ਅਗਰ ਕੋਈ ਫਾਲਟ ਆਉਂਦਾ, ਜਾਲ ਦਾ ਫਾਲਟ ਆਉਂਦਾ, ਕਟਰਾਂ ਦਾ ਫਾਲਟ ਆਉਂਦਾ, ਠੀਕ ਹੈ, ਛਾਨਣੇ ਦਾ ਥੱਲੇ ਫਾਲਟ ਆਉਂਦਾ, ਉਹ ਅਸੀਂ ਚੇਂਜ ਕਰਕੇ ਦੇਈਦਾ। ਅੱਛਾ, ਪੁਰਾਣੀ ਮਸ਼ੀਨ ਜਦੋਂ ਕੋਈ ਸੀਜ਼ਨ ਲਾ ਲੈਂਦੀ ਉਹ ਤੇ ਕੀ ਮਸਲੇ ਮਸਾਇਲ ਬਣਦੇ? ਇਹਨੂੰ 2-4 ਸਾਲ ਕੋਈ ਮਸਲਾ ਨਹੀਂ ਬਣਦਾ ਜੀ। ਖਾਸ ਤੌਰ ਤੇ ਅਸੀਂ ਜਿਹੜੀ ਕੰਪਨੀ 'ਚ ਤਿਆਰ ਕਰਦੇ ਹਾਂ ਨੈਸ਼ਨਲ ਨਾਲਿਆਂ ਦੀ, ਇਹਨੂੰ 4-5 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਜੀ, ਅਗਰ ਕਿਸੇ ਨੇ ਥ੍ਰੈਸ਼ਰ ਲੈਣੀ ਹੈ ਸਹੀ ਰੇਟ ਤੇ ਤਾਂ ਡਾਇਰੈਕਟ ਕੰਪਨੀ ਦੇ ਵਿੱਚ ਆਵੇ। ਬਿਲਕੁਲ ਜੀ ਬਿਲਕੁਲ, ਬਗਦਾਦੀ ਮਾਰਕੀਟ ਇਹ, ਠੀਕ ਹੈ, ਬਗਦਾਦੀ ਮਾਰਕੀਟ ਦੇ ਬਿਲਕੁਲ ਨਾਲ ਹੀ। ਨੰਬਰ ਲਿਖ ਲਓ 0300-2795-115।